ਪਿਛਲੇ 78 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ ਲਗਾਤਾਰ ਸਰਕਾਰੀ ਧਿਰਾਂ ਪ੍ਰਸ਼ਾਸਨਿਕ ਧਿਰਾਂ ਜਾਂ ਇਹ ਕਹਿ ਲਈਏ ਕਿ ਜਿਹੜਾ ਸੱਤਾਧਾਰੀ ਧਿਰ ਦਾ ਬੋਲਣ ਵਾਲਾ ਮੀਡੀਆ ਉਹ ਅਕਸਰ ਕਹਿੰਦਾ ਕਿ ਅੰਦੋਲਨ ਜੀ ਪਾਕਿਸਤਾਨ ਤੋਂ ਚੱਲਦਾ ਹੈ, ਵਿਦੇਸ਼ੀ ਫੰਡਿੰਗ ਨਾਲ ਚੱਲਦਾ ਹੈ, ਐਂ ਚੱਲਦਾ ਹੈ ਅੰਦੋਲਨ। ਆਹ ਸੇਵਾ ਹੈ, ਇਸ ਢੰਗ ਨਾਲ ਚੱਲਦੇ ਅੰਦੋਲਨ। ਆਹ ਦੇਖੋ ਹਰ ਵਿਅਕਤੀ ਆਪਣੀ ਯੋਗਦਾਨ ਪਾ ਰਿਹਾ ਅੰਦੋਲਨ 'ਚ, ਕਿਵੇਂ ਦੁੱਧ ਆਉਂਦਾ ਹੈ, ਕਿਵੇਂ ਚਾਹ ਦੀ ਸੇਵਾ ਬਣਦੀ ਹੈ, ਕਿਵੇਂ ਸਬਜ਼ੀਆਂ ਬਣਦੀਆਂ, ਉਹਦਾ ਇੱਕ ਪ੍ਰਤੀਕ ਹੈ ਕਿ ਇਸ ਢੰਗ ਨਾਲ ਕਾਰ ਸੇਵਾ ਦੀ ਗੱਡੀ ਹੈ, ਨਿੱਤ ਕਿਵੇਂ ਦੁੱਧ ਲੈ ਕੇ ਆਉਂਦੇ ਨੇ ਆਪਾਂ ਉਹ ਵੀ ਗੱਲ ਕਰਾਂਗੇ। ਆਹ ਇੱਦਾਂ ਇਸ ਥਾਂ 'ਤੇ ਆਹ ਵਿਸ਼ਾਲ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਤੋਂ ਜਿੱਥੇ ਜਿੱਥੇ ਇੱਥੇ ਕਿਸਾਨ ਭਰਾ ਬੈਠੇ ਨੇ, ਚਾਹੇ ਹਰਿਆਣੇ ਦੇ ਨੇ, ਚਾਹੇ ਪੰਜਾਬ ਦੇ ਨੇ, ਚਾਹੇ ਹੋਰ ਸੂਬਿਆਂ ਤੋਂ ਆਏ ਨੇ, ਉਹਨਾਂ ਦੇ ਲਈ ਬਕਾਇਦਾ ਨਿਤਨੇਮ ਹੈ। ਇਹ ਨਿਤਨੇਮ ਦਾ ਕਰਮ ਹੈ ਕਿ ਸਾਰੇ ਟਰੈਕਟਰ ਟਰੈਲੀਆਂ ਦੇ ਕੋਲ ਆ ਕੇ ਗੱਡੀ ਰੋਜ਼ ਰੁਕਦੀ ਹੈ ਅਤੇ ਉੱਥੇ ਰੋਜ਼ ਆਉਂਦੀ ਹੈ ਅਤੇ ਰੋਜ਼ ਹਰੇਕ ਦੀ ਜਿੰਨੀ ਜਿੱਥੇ ਜ਼ਰੂਰਤ ਹੈ ਉਸ ਹਿਸਾਬ ਨਾਲ ਉਹ ਦੇਖੋ ਉਸ ਹਿਸਾਬ ਨਾਲ ਬਕਾਇਦਾ ਦੁੱਧ ਦੀ ਸੇਵਾ ਨਿਭਾਈ ਜਾ ਰਹੀ ਆ। ਆਹ ਭਾਂਡੇ ਅੱਜ ਖਾਲੀ ਨੇ, ਪਲਾਂ ਦੇ ਵਿੱਚ ਭਰਨੇ ਨੇ ਅਤੇ ਸਵੇਰ ਨੂੰ ਫਿਰ ਇਸੇ ਤਰ੍ਹਾਂ। ਸੋ ਇਹ ਕਰਮ ਜਾਰੀ ਹੈ ਪਿਛਲੇ 78 ਦਿਨਾਂ ਤੋਂ ਲਗਾਤਾਰ। ਬਾਈ ਜੀ ਕਿੱਥੋਂ ਤੁਸੀਂ? ਅਗਲੀ ਵਾਰ ਸੇਵਾ ਕਿਵੇਂ ਕਰਨੀ ਆ, ਸੋ ਇਹ ਬੱਚਿਆਂ ਨੂੰ ਵੀ ਨਾਲ ਤਿਆਰ ਕੀਤਾ ਜਾ ਰਿਹਾ। ਆਹ ਲਓ ਜੀ, ਤੁਹਾਨੂੰ ਦਿਖਾ ਦਈਏ ਕਿ ਇੱਕ ਵਾਰ ਕਿਵੇਂ ਦੁੱਧ ਦੀ ਸੇਵਾ ਨਿਭਾਈ ਜਾ ਰਹੀ ਆ। ਆਹ ਕੈਨੀ ਦਰ ਕੈਨੀ, ਡੋਲੂ, ਜੱਗ ਹੈ ਤੇ ਸਾਰਾ ਕੁਛ ਲਗਾਤਾਰ। ਆ ਲਓ ਤੇ ਆਹ ਵੀਰ ਮੇਰਾ ਸੇਵਾ ਨਿਭਾ ਰਿਹਾ। ਬਾਈ ਜੀ ਕੀ ਨਾਂ ਹੈ ਤੁਹਾਡਾ? ਬੂਟਾ ਸਿੰਘ। ਤੁਸੀਂ ਵੀ ਲਗਾਤਾਰ ਰੋਜ਼ ਆ ਰਹੇ ਹੋ? ਲਗਾਤਾਰ ਹੀ। ਇਹ ਜਿਹੜਾ ਦੁੱਧ ਆਪਾਂ ਫਿਰ ਸੰਸਥਾ ਵੱਲੋਂ ਭੇਜਿਆ ਜਾ ਰਿਹਾ ਕਿ ਢਾਲ ਹੁੰਦੀ ਹੈ ਪਿੰਡ 'ਚੋਂ ਜਾਂ ਕਿੱਦਾਂ ਕੀ? ਇਹ ਇਲਾਕਾ ਨਿਵਾਸੀ ਵੱਲੋਂ ਪਿੰਡਾਂ ਦੇ ਸਹਿਯੋਗ ਦੇ ਨਾਲ ਹੀ ਮੰਨ ਲਓ ਸੇਵਾ ਹੋ ਰਹੀ ਹੈ ਜੀ। ਠੀਕ ਹੈ। ਕਿਹੜੇ ਕਿਹੜੇ ਪਿੰਡ ਆਉਂਦੇ ਨੇ ਕਿੱਥੇ ਕਿੱਥੋਂ? ਸਾਰੇ ਆਉਂਦੇ ਸਰਸਾ ਫਤਿਆਂਵਾਦ ਦੇ ਸਾਰੇ ਵੀ ਇਕੱਠੇ ਹੀ ਮੰਨ ਲਓ ਉੱਥੇ ਇਕੱਠਾ ਕਰਨ ਵਾਸਤੇ ਗੱਡੀਆਂ ਲੱਗ ਜਾਂਦੀਆਂ ਨੇ। ਅੱਛਾ, ਪਹਿਲਾਂ ਪਿੰਡ 'ਚ ਜਾਂਦੇ ਜਿਵੇਂ ਆਪਾਂ ਢਾਲ ਕਰਦੇ ਹਾਂ ਉਵੇਂ ਸਾਰਾ ਦੁੱਧ ਇਕੱਠਾ ਹੁੰਦਾ ਫਿਰ ਇੱਕ ਤਾਂ, ਫਿਰ ਇਹ ਹੋਰ ਥਾਵਾਂ ਵੀ ਇੱਦਾਂ ਗੱਡੀਆਂ ਜਾ ਰਹੀਆਂ ਆਪਣੀਆਂ? ਹਾਂਜੀ ਹਾਂਜੀ। ਅੱਛਾ, ਗਾਜ਼ੀਪੁਰ ਬਾਰਡਰ ਵੀ ਜਾਂਦੀ ਆਪਣੀ? ਅੱਛਾ। ਸੋ ਲਓ ਜੀ, ਮੈਂ ਤਾਂ ਹੀ ਸਿਰਫ ਇਹ ਦਿਖਾਉਣ ਲਈ ਸੀਗਾ ਕਿ ਜਿਹੜੇ ਕਹਿੰਦੇ ਨੇ ਜੀ ਪਤਾ ਨਹੀਂ ਕਿਹੜੇ ਫੰਡ ਨਾਲ, ਇਹ ਸੇਵਾ ਦੇ ਫੰਡ ਨਾਲ ਚੱਲਦਾ, ਇਨਸਾਨੀਅਤ ਦੇ ਫੰਡ ਨਾਲ ਚੱਲ ਰਿਹਾ ਅੰਦੋਲਨ। ਸੋ ਇਹ ਆਹ ਦੁੱਧ ਦੀ ਸੇਵਾ ਇੱਥੇ ਕੀਤੀ, ਹੁਣ ਫਿਰ ਗੱਡੀ ਉਵੇਂ ਸਟਾਰਟ ਹੋ ਗਈ, ਫਿਰ ਅੱਗੇ ਜਾਣਗੇ ਉਹ। ਬਾਈ ਦੇਖੋ ਲਗਾਤਾਰ ਆਹ ਸਾਰਾ ਕਾਫਲਾ ਜਿਹੜਾ ਸੇਵਾ ਨਿਭਾਉਣ ਤੁਰਿਆ। ਸੋ ਇਹ ਜਿੱਥੇ ਤੱਕ ਕੈਨੀ, ਕਿੰਨੇ ਲੀਟਰ ਹੁੰਦਾ ਦੁੱਧ ਦੇ ਅੰਦਰ, ਕਿੰਨਾ ਕਾ ਜਾਂਦਾ? 2100 ਲੀਟਰ ਦੁੱਧ ਆਉਂਦਾ। 2100 ਲੀਟਰ ਇੱਕ ਗੱਡੀ ਤੁਸੀਂ ਲਾਉਂਦੇ ਜੀ? 5-10 ਗੱਡੀਆਂ ਰੋਜ਼ ਆਉਂਦੀਆਂ ਹੋਣਗੀਆਂ? ਦੋ ਆਉਂਦੀਆਂ, ਦੋ ਗੱਡੀਆਂ ਰੋਜ਼ ਤੁਹਾਡੀ ਸੇਵਾ ਵੱਲੋਂ। ਬਿਲਕੁਲ। ਇਸ ਤਰ੍ਹਾਂ ਕਿੰਨੇ ਹੀ ਭਰਾ, ਕਿੰਨੀ ਹੀ ਸੰਸਥਾਵਾਂ, ਕਿੰਨੇ ਹੀ ਸੰਗਠਨ ਲੱਗੇ ਨੇ, ਇਹ ਹੈ ਕਾਰ ਸੇਵਾ। ਸੰਤ ਬਾਬਾ ਗੁਰਮੁਖ ਸਿੰਘ ਜੀ, ਬਾਬਾ ਬਘੇਲ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਪ੍ਰੀਤਮ ਸਿੰਘ ਜੀ, ਜਥੇਦਾਰ ਬਾਬਾ ਅਜੀਤ ਸਿੰਘ ਜੀ ਕਾਰ ਸੇਵਾ ਵਾਲੇ। ਸੋ ਇਹ ਦੁੱਧ ਦੀ ਸੇਵਾ ਜੀ, ਇਸੇ ਲਈ ਅਸੀਂ ਸਿਰਫ ਦਿਖਾਉਣ ਲਈ ਰੁਕੇ ਸੀ। ਅਸੀਂ ਮਹਾਂਪੰਚਾਇਤ ਵੱਲ ਨੂੰ ਜਾ ਰਹੇ ਸੀਗੇ ਤੇ ਜਦੋਂ ਮੈਂ ਦੇਖਿਆ ਕਿ ਸੇਵਾ ਕਿੰਝ ਹੁੰਦੀ ਹੈ, ਸੋ ਦਿਖਾਉਣ ਲਈ ਜਿਉਂਦੇ ਰਹੋ ਬਾਈ। ਸੋ ਸਾਰੇ ਆਪੋ ਆਪਣੀ ਸੇਵਾ ਨਿਭਾ ਰਹੇ ਹਾਂ। ਦੇਖੋ ਇੱਕ ਬਾਈ ਰਹਿ ਗਿਆ ਸੀ, ਉਹ ਬਾਅਦ 'ਚੋਂ ਆਇਆ ਜਦੋਂ ਉਹਨੂੰ ਫਿਰ ਦੁੱਧ ਪਾਇਆ। ਸੋ ਇਸ ਲਈ ਦਿਖਾਉਣ ਲਈ ਤੁਰੇ ਸੀ, ਇਹ ਕਾਫਲਾ ਚੱਲਦਾ ਰਹਿਣਾ ਜੀ ਅਤੇ ਸਾਡਾ ਸਫ਼ਰ ਚੱਲਦਾ ਰਹਿਣਾ। ਇਸ ਲਈ ਅਸੀਂ ਤੁਹਾਨੂੰ ਇਹ ਦਿਖਾਉਣ ਲਈ ਕਿ ਕਿਵੇਂ ਦੁੱਧ ਦੀ ਸੇਵਾ। ਸੋ ਦੁੱਧ ਪੁੱਤ ਬਹੁਤ ਕੀਮਤੀ ਨੇ, ਇੱਥੇ ਪੁੱਤਾਂ ਦੀ ਅਤੇ ਦੁੱਧ ਦੀ ਉਹ ਸਾਰੀ ਸੇਵਾ ਨਿਭਾਈ ਜਾ ਰਹੀ ਹੈ। ਸੋ ਇਹੀ ਕਰਮ ਅਸੀਂ ਦਿਖਾਉਣ ਲਈ ਤੁਰੇ ਸੀ, ਫਿਰ ਛੇਤੀ ਤੁਹਾਨੂੰ ਦਿਖਾਵਾਂਗੇ ਇਸ ਮੌਕੇ, ਇਸ ਜਾਂਦੇ ਹੋਏ ਮਾਰਗ ਤੋਂ ਜਦੋਂ ਮਹਾਂਪੰਚਾਇਤ ਵੱਲੋਂ ਅਸੀਂ ਜਾ ਰਹੇ ਹਾਂ ਬਹਾਦਰਗੜ੍ਹ ਨੂੰ, ਇਹ ਟਿੱਕਰੀ ਬਾਰਡਰ ਦੇ ਲਾਗੇ ਤੋਂ ਤੁਹਾਨੂੰ ਇਹ ਅਸੀਂ ਸੇਵਾ ਦਿਖਾ ਰਹੇ ਸੀ। ਸੋ ਇਹ ਸੇਵਾ ਚੱਲਦੀ ਰਹਿਣੀ ਹੈ ਜਦੋਂ ਤੱਕ 3 ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਅੰਦੋਲਨ ਚੱਲਦਾ ਰਹਿਣਾ ਅਤੇ ਕਾਰਜ ਸੇਵਾ ਇੰਝ ਹੀ ਜਾਰੀ ਰਹਿਣੀ ਹੈ। ਇਹ ਭਾਂਡੇ ਕਦੇ ਖਾਲੀ ਨਹੀਂ ਹੋਣੇ, ਇਹ ਬਰਕਤਾਂ ਕਦੇ ਮੁੱਕਣੀਆਂ ਨਹੀਂ, ਇੱਦਾਂ ਹੀ ਬਰਕਤ ਰਹੇਗੀ। ਸੋ ਇਸ ਲਈ ਇਹ ਬਰਕਤ ਦਾ ਮੁੱਲ ਤੁਹਾਨੂੰ ਦਿਖਾਉਣ ਤੁਰੇ ਹਾਂ, ਫਿਰ ਛੇਤੀ ਹਾਜ਼ਰ ਹੋਵਾਂਗੇ ਇਸ ਮੌਕੇ। ਮੈਂ ਇਸ ਟਿੱਕਰੀ ਜਾਂਦੇ ਬਾਰਡਰ ਤੋਂ ਦੀਪਕ ਸ਼ਰਮਾ ਚਨਾਰਥਲ ਅਤੇ ਮੇਰੇ ਨਾਲ ਕੈਮਰਾਮੈਨ ਡਿੰਪੀ ਡੋਗਰਾ, ਹਰ ਕਦਮ ਤੁਹਾਡੇ ਨਾਲ।